ਜਿੰਨਾ ਆਹ ਸਿਰ ਹੁੰਦਾ ਆ ਉੱਡਾ ਹੀ ਪੈਰ ਹੋਣਾ ਚਾਹੀਦਾ, ਉਸ ਤੋਂ ਛੋਟਾ ਨਹੀਂ ਪੈਰ ਹੋਣਾ ਚਾਹੀਦਾ। ਆਹ ਜਿਹੜਾ ਗੇੜ ਦੇ ਇੱਥੇ ਇਹਦੇ ਸੈਂਟਰ 'ਚ ਇਹਦੇ ਸੈਂਟਰ 'ਚ ਆਹ ਇੱਥੇ ਆ ਤਿੰਨ ਤੇ ਇਸ ਗੱਲ ਦਾ ਇਲਾਕਾ ਇੱਥੇ ਹੀ ਆਉਣਾ ਕਮਾ ਬੰਦੇ ਦਾ, ਤੁਸੀਂ ਆਕਾਰ ਬਣਾਉਣਾ ਕਮਾ ਔਰਤ ਦਾ ਆਕਾਰ ਬਣਾਉਣਾ। ਇਹ ਚੀਜ਼ਾਂ ਨੂੰ ਆਹ ਇੱਥੇ ਗੋਡੇ ਆਉਣੇ ਆ ਔਰ ਹੱਥ ਜਿਹੜਾ ਗੋਡਿਆਂ ਤੋਂ ਤਾਂ ਤਾਰ ਇੱਥੇ ਤੱਕ ਗੁੱਟ ਵੈ ਅਤੇ ਇੱਥੋਂ ਆ ਹੱਥ। ਇਹ ਮਤਲਬ ਇਹ ਤੁਹਾਨੂੰ ਇਹ ਜਦ ਤੱਕ ਇਹਦੀ ਨਹੀਂ ਤੁਹਾਨੂੰ ਡਰਾਇੰਗ ਆਉਂਦੀ ਉੰਨੀ ਦੇਰ ਤੁਸੀਂ ਉਹ ਇਹ ਸਹੀ ਨਹੀਂ ਸੀ ਬਣਿਆ ਹੋਇਆ। ਉਹ ਇੱਕ ਥੋੜ੍ਹਾ ਜਿਹਾ ਪਹਿਲੀ ਜਿਹੜੀ ਲੜਕੀ ਬਣਾਈ ਆ ਜਿਹਦੇ ਜੁੱਤੀ ਪਾਈ ਹੋਈ ਆ ਉਹ ਜ਼ਿਆਦਾ ਵੱਡੀ ਆ, ਜਿਹੜਾ ਦੂਰ ਜਿਹੜਾ ਉਹ ਬੰਦਾ ਬਣਾਇਆ ਵਾ ਉਹ ਥੋੜ੍ਹਾ ਅੱਗੇ ਤੁਰਿਆ ਜਾਂਦਾ। ਬਹੁਤ ਵਧੀਆ ਸੀਗਾ ਕਿ ਉਹ ਛੋਟਾ ਬਣਾਇਆ ਵਾ ਕਿਉਂਕਿ ਦੂਰ ਆ ਤਾਂ ਛੋਟਾ ਬਣੇਗਾ, ਇਸ ਲਈ ਉਹ ਵਧੀਆ ਸੀਗਾ। ਪਰ ਉਹ ਥੋੜ੍ਹਾ ਜਿਹਾ ਲੰਬਾ ਬਣਾਉਣਾ, ਰੰਗ ਜਦੋਂ ਭਰਨੇ ਆ ਜਿਹੜਾ ਮੋਹਰੇ ਆ ਉਹਦੇ ਵਿੱਚ ਡਾਰਕ ਰੰਗ ਭਰਨੇ ਆ ਜਾਂ ਪਿੱਛੇ ਆ ਉਹਦੇ ਵਿੱਚ ਇੱਕੇ ਰੰਗ ਭਰਨੇ ਆ ਤਾਂ ਕਿ ਦੂਰ ਨੇੜੇ ਦਾ ਆਭਾਸ ਹੋ ਸਕੇ। ਔਰ ਦੂਸਰਾ ਆਹ ਜਿਹੜਾ ਪੋਸਟਰ ਆ, ਇੱਕ ਗੱਲ ਹੋਰ ਦੱਸਦਾ ਤੁਹਾਨੂੰ, ਪੋਸਟਰ 'ਚ ਤਾਂ ਪੇਂਟਿੰਗ ਦੇ ਵਿੱਚ ਫਰਕ ਹੁੰਦਾ। ਪੋਸਟਰ ਦੇ ਵਿੱਚ ਹਮੇਸ਼ਾ ਪੋਸਟਰ ਜਿਹੜਾ ਆ ਉਹ ਆਪਣੇ ਕੋਲ ਕਿਸੇ ਲਿਖਾ ਲਿਖਿਆ ਹੁੰਦਾ ਉਹਦੇ ਵਿੱਚ ਕੁਛ, ਤਾਂ ਪੇਂਟਿੰਗ 'ਚ ਕੁਛ ਲਿਖਿਆ ਨਹੀਂ ਹੁੰਦਾ। ਪੇਂਟਿੰਗ ਜਿਹੜੀ ਹੁੰਦੀ ਆ ਆਪੇ ਜਵਾਬ ਦਿੰਦੀ ਆ ਆਪ ਬੋਲ, ਬਸ ਇਸ ਗੱਲ ਦਾ ਖਿਆਲ ਰੱਖੋ। ਅਤੇ ਪੇਂਟਿੰਗ ਲਈ ਸਕੈਚ ਪੈਨ ਦੀ ਵਰਤੋਂ ਘੱਟ ਕਰੋ, ਕਰੋ ਹੀ ਨਾ। ਅੱਗੇ ਜਾ ਕੇ ਜਦੋਂ ਤੁਸੀਂ ਸਟੇਟ 'ਚ ਜਾਣਾ ਤਾਂ ਉਹਨਾਂ ਨੇ ਸਕੈਚ ਪੈਨ ਦਾ ਜਾਂ ਪੈਨ ਦਾ ਵਰਕ ਕੋਈ ਵੀ ਕੀਤਾ ਮਾਰਕਰ ਦਾ ਕੀਤਾ ਉਹ ਬਾਹਰ ਕੱਢ ਦੇਣਾ, ਕਹਿਣਾ ਇਹ ਪੇਂਟਿੰਗ 'ਚ ਨਹੀਂ ਇਹ ਸਕੈਚਿੰਗ 'ਚ ਹੈ ਜਾਂ ਚਿੱਤਰਕਲਾ ਪੋਸਟਰ ਮੇਕਿੰਗ 'ਚ।